ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਲਗਾਈ ਫਟਕਾਰ। ਕੇਂਦਰ ਸਰਕਾਰ ਨੇ ਪਹਿਲਾਂ ਨੂੰ ਪੁੱਛਿਆ, ਪ੍ਰਦੂਸ਼ਣ ਪ੍ਰਤੀ ਇੰਨੇ ਨਰਮ ਕਿਉਂ? ਪੰਜਾਬ ਵਿੱਚ ਪਰਾਲੀ ਸਾੜਨ ਦੇ 129 ਮਾਮਲੇ ਆਏ ਸਾਹਮਣੇ। ਪੁੱਛਿਆ, ਤੁਸੀਂ ਕੀ ਕੀਤੀ ਕਾਰਵਾਈ? ਦਿੱਲੀ NCR ਦੇ ਵਿੱਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਸੁਣਵਾਈ ਚੱਲ ਰਹੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਦਿੱਲੀ ਏਅਰ ਕੁਆਲਿਟੀ ਦੇ ਉੱਤੇ ਨਜ਼ਰ ਰੱਖਣ ਵਾਲੇ ਪੈਨਲ ਯਾਨੀ ਕਿ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ CAQM ਦੇ ਫਲਾਇੰਗ ਸਕੁਐਡ ਨੂੰ ਫਟਕਾਰ ਲਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ 29 ਅਗਸਤ ਤੋਂ CAQM ਯਾਨੀ ਕਿ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੀ ਬੈਠਕ ਹੋਈ। ਇਸ ਮਾਮਲੇ ਦੇ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਜਾਂਚ ਨਹੀਂ ਹੋਈ। 3 ਸਾਲ ਪਹਿਲਾਂ ਦਿੱਤੇ ਗਏ ਆਦੇਸ਼ਾਂ ਦਾ ਪਾਲਣ ਨਹੀਂ ਕੀਤਾ ਗਿਆ। ਹੁਣ ਤੱਕ ਪ੍ਰਦੂਸ਼ਣ ਨੂੰ ਲੈ ਕੇ ਇੰਨਾ ਨਰਮ ਰਵੱਈਆ ਕਿਉਂ? ਪੂਰੇ ਮਾਮਲੇ ਦੇ ਵਿੱਚ ਐਡੀਸ਼ਨਲ ਸੋਲੀਸੀਟਰ ਜਨਰਲ ਐਸ਼ਵਰਿਆ ਰਾਏ ਪਾਰਟੀ ਨੇ ਕਿਹਾ ਕਿ ਸਖਤੀ ਇਸ ਲਈ ਨਹੀਂ ਕਿਉਂਕਿ ਪ੍ਰਦੂਸ਼ਣ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਇਸ ਤੋਂ ਬਾਅਦ ਜੱਜ ਨੇ ਪੁੱਛਿਆ, ਤੁਸੀਂ ਇਹਨੂੰ ਲੈ ਕੇ ਇੰਨੇ ਗੰਭੀਰ ਕਿਉਂ ਨਹੀਂ? ਸਾਲ 'ਚ 3-4 ਵਾਰ ਬੈਠਕ ਕਰਦੇ ਹੋ, ਸਿਰਫ ਤੁਹਾਡੇ ਕੋਲ ਕੋਈ ਗੋਲ ਨਹੀਂ, ਤੁਹਾਡੇ ਕੋਲ ਕੋਈ ਰਿਜ਼ਲਟ ਨਹੀਂ। ਇਸ ਸਾਲ ਪਰਾਲੀ ਸਾੜਨ ਦੇ ਮੁੱਦੇ 129 ਥਾਂ ਦੇ ਉੱਤੇ ਦਿਸੇ, ਤੁਸੀਂ ਕੀ ਐਕਸ਼ਨ ਲਿਆ? ਇੰਨਾ ਹੀ ਨਹੀਂ, ਸੁਪਰੀਮ ਕੋਰਟ ਨੇ ਸੁਣਾਈ ਦੌਰਾਨ ਪੰਜਾਬ ਸਰਕਾਰ ਦੇ ਵਕੀਲ ਨੂੰ ਪੁੱਛਿਆ, ਤੁਸੀਂ ਇਸ ਸਾਲ 129 ਘਟਨਾਵਾਂ ਦੀ ਰਿਪੋਰਟ ਦਿੱਤੀ ਹੈ, ਇਸ ਉੱਤੇ ਕਿਉਂ ਨਹੀਂ ਕਾਰਵਾਈ ਕੀਤੀ? ਤੁਹਾਡੀ ਰਾਜਨੀਤਿਕ ਮਜਬੂਰੀਆਂ ਹੋ ਸਕਦੀਆਂ, ਪਰ ਲੇਕਿਨ ਕਾਰਵਾਈ ਨਾ ਕਰਨਾ ਨਿਰਾਸ਼ਾਜਨਕ ਹੈ। ਤੁਸੀਂ ਸਿਰਫ ਇਹ ਵੀ ਸੁਨਿਸ਼ਚਿਤ ਨਹੀਂ ਕਰ ਸਕਦੇ ਕਿ ਕਿਸਾਨ ਮਸ਼ੀਨਾਂ ਦਾ ਇਸਤੇਮਾਲ ਨਾ ਕਰਨ। ਇਸੇ ਸੁਣਵਾਈ ਦੇ ਵਿੱਚ ਪੁੱਛਿਆ ਗਿਆ ਕਿ ਪੰਜਾਬ ਨੂੰ ਦਿੱਲੀ ਕਿਉਂ ਸਬਸਿਡੀ ਦੇਵੇ। ਇਸ ਦੇ ਜਵਾਬ 'ਚ ਪੰਜਾਬ ਦੇ ਵਕੀਲ ਨੇ ਕਿਹਾ, ਛੋਟੇ ਕਿਸਾਨਾਂ ਤੇ ਆਮ ਕਿਸਾਨ ਜਿਹੜੇ ਨੇ ਉਹਨਾਂ ਦੇ ਕੋਲ ਦਿੱਲੀ ਤੋਂ 12 ਕਰੋੜ ਰੁਪਏ ਦੀ ਸਬਸਿਡੀ ਦਿਲਵਾਉਣ ਵਾਲੀ ਚਿੱਠੀ ਲਿਖੀ ਗਈ ਸੀ। ਇਸ ਉੱਤੇ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਕਿ ਪੰਜਾਬ ਦੇ ਲਈ ਦਿੱਲੀ ਸਬਸਿਡੀ ਕਿਉਂ ਦੇ? ਇਸ ਉੱਤੇ ਪੰਜਾਬ ਦੇ ਵਕੀਲ ਨੇ ਕਿਹਾ, ਕਿਉਂਕਿ ਪ੍ਰਦੂਸ਼ਣ ਦਿੱਲੀ 'ਚ ਹੈ। ਅਗਰ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਸਹੀ ਰਹੇ ਤਾਂ ਦਿੱਲੀ ਸਰਕਾਰ ਤੋਂ ਪੈਸੇ ਮਿਲ ਸਕਦੇ ਨੇ। ਤੁਹਾਨੂੰ ਦੱਸ ਦਈਏ ਕਿ ਪਿਛਲੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪਰਾਲੀ ਸਾੜਨ ਤੋਂ ਇਲਾਵਾ ਹੋਰ ਕਿਹੜੇ ਵਿਕਲਪਿਕ ਉਪਕਰਨ ਨੇ ਜਿਹੜੇ ਕਿ ਵਰਤੇ ਜਾ ਸਕਦੇ ਆ, ਔਰ ਸਰਕਾਰਾਂ ਇਹ ਸੁਨਿਸ਼ਚਿਤ ਕਿਉਂ ਨਹੀਂ ਕਰਦੀਆਂ ਕਿ ਉਹਨਾਂ ਦੀ ਸਟੇਟ ਦੇ ਵਿੱਚ ਇਹ ਸਭ ਕੁਝ ਵਰਤਿਆ ਜਾਵੇ, ਖਾਸ ਕਰਕੇ ਪੰਜਾਬ ਦੇ ਵਿੱਚ। ਕੋਰਟ ਨੇ ਪੈਨਲ ਨੂੰ ਬੈਟਰ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਸੀ। ਫਿਲਹਾਲ ਹੁਣ ਕੀ ਹੋਏਗਾ ਅਗਲੀ ਸੁਣਵਾਈ 'ਚ ਇਹ ਸਮਾਂ ਦੱਸੇਗਾ, ਪਰ ਇਸ ਵਾਰ ਸੁਪਰੀਮ ਕੋਰਟ ਪ੍ਰਦੂਸ਼ਣ ਮਾਮਲੇ ਦੇ ਵਿੱਚ ਲਗਾਤਾਰ ਸਖ਼ਤ ਹੈ ਔਰ ਲਗਾਤਾਰ ਪੰਜਾਬ ਸਰਕਾਰ ਨੂੰ ਵੀ ਇਸ ਬਾਰੇ ਸਵਾਲ ਪੁੱਛ ਰਿਹਾ, ਜਿਹਦੇ ਜਵਾਬ ਪੰਜਾਬ ਦੇ ਵਕੀਲ ਨੂੰ ਦੇਣੇ ਪੈ ਰਹੇ ਨੇ।